कांग्रेस पार्टी वालों उतारे गए जिला परिषद के उम्मीदवार निशा राणी खेड़ा ते ब्लाक संती उम्मीदवार श्रीमती रेशम कौर के हक विच फगवाड़ा नजदीक पिंड अठोली विखे एक विशाल चोन रैली की गई, जिस विच साबका कैबिनेट मंत्री पंजाब जोगिंदर सिंह मान ते हाथी प्रधान दलजीत सिंह राजू सतवीर सिंह वालिया गुरजीत पाल वालिया नवजिंदर सिंह बाहिया अते मीनाक्षी वर्मा ने शिरकत की। 19 सितंबर नूं पंजाब अंदर होण जा रहीं जिला परिषद ते ब्लाक समिति दीआं चोणां नूं लै के कांग्रेस पार्टी वालों उतारे गए जिला परिषद दे उम्मीदवार निशा राणी खेड़ा ते ब्लाक समिति उम्मीदवार श्रीमती रेशम कौर दे हक विच फगवाड़ा नज़दीकी पिंड अठोली विखे एक विशाल चोण रैली की गई, जिस विच साबका कैबिनेट मंत्री पंजाब जोगिंदर सिंह मान देहाती प्रधान दलजीत सिंह राजू सतवीर सिंह वालिया गुरजीत पाल वालिया नवजिंदर सिंह बाहिया अते मीनाक्षी वर्मा ने शिरकत की। अपने संबोधन विच बुलारियां ने जिथे कांग्रेस पार्टी दी नीतियां तो जाणू करवाया, उत्थे सरदार मान ने समूह पिंड वासियां निशा राणी ते रेशम कौर नूं वध तों वध वोटां पाउण दी अपील की। उधर पिंड वासियां ने भी सरदार मान नूं विश्वास दवाया कि उह इन्हां चोणां विच उन्हां नूं भारी बहुमतां नाल जिताउणगे तां जो उन्हां दे पिंडां दा विकास पहल दे आधार ते हो सके। ਜ਼ਿਲ੍ਹਾ ਪ੍ਰੀਸ਼ਦ ਉੱਤਰੀ ਜ਼ੋਨ ਅਤੇ ਬਲਾਕ ਸੰਮਤੀ ਦੇ 4-5 ਜ਼ੋਨਸ ਦੇ ਵਿੱਚ ਅੱਜ ਮੀਟਿੰਗਸ ਹੋਈਆਂ ਨੇ। ਮੀਟਿੰਗਾਂ ਬਹੁਤ ਸਾਰੀਆਂ ਭਰਮੀਆਂ ਮੀਟਿੰਗਾਂ ਨੇ। ਲੋਕਾਂ ਦੇ ਮਨ ਵਿੱਚ ਬਰਗਾਰੀ ਕਾਂਡ ਦਾ ਬਹਿਬਲ ਕਲਾ ਕਾਂਡ ਜੋ ਹੋਇਆ ਉਸ ਦਾ ਬੜਾ ਦੁੱਖ ਹੈ। ਸਿੱਖ ਸਿਟੀ ਮਿਲ ਸਿੜੇ ਨੇ, ਜ਼ਖਮੀ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਸੈਸ਼ਨ ਦੇ ਵਿੱਚ ਜੋ ਅਸ਼ੋਰਸ ਦਿੱਤੀ ਹੈ, ਲੋਕ ਆਸ ਕਰਦੇ ਨੇ ਕਿ ਜਿਹਨਾਂ ਨਾਲ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨਾਲ ਛੇੜਛਾੜ ਕੀਤੀ ਹੈ, ਉਹਨਾਂ ਦੋਸ਼ੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲੇਗੀ। ਸਭ ਤੋਂ ਵੱਡਾ ਫਰਕ ਇਹ ਹੈ। ਦੂਸਰਾ ਹੈ ਵਿਕਾਸ ਦਾ ਮੁੱਦਾ। ਵਿਕਾਸ ਦੇ ਮੁੱਦੇ ਉੱਤੇ ਜੋ ਕਾਂਗਰਸ ਨੇ ਕਿਹਾ ਉਹ ਕੀਤਾ, ਚਾਹੇ ਕੋਈ ਵੀ ਸਕੀਮ ਸੀ, ਪੈਨਸ਼ਨ ਸਕੀਮ 750 ਉਹਦੇ ਅੰਡਰ ਮਿਲ ਰਿਹਾ, ਸ਼ਗਨ ਸਕੀਮਸ, ਆਟਾ ਦਾਲ ਸਕੀਮ, ਗਲੀਆਂ ਨਾਲੀਆਂ, ਸੜਕਾਂ। ਪਹਿਲੀ ਸਭ ਤੋਂ ਵੱਡੀ ਗੱਲ ਹੈ ਕਿ ਫਵਾੜੇ 'ਚ ਜਿਹੜੀਆਂ ਸੜਕਾਂ 10 ਰੁਪਏ ਨਹੀਂ ਹੋਈਆਂ, 162 ਕਿਲੋਮੀਟਰ ਉਹਨਾਂ ਦੀ ਲੈਂਥ ਹੈਗੀ, 18 ਕਰੋੜ ਰੁਪਏ ਸਾਡੇ ਕੋਲ ਅੱਜ ਸੜਕਾਂ ਦੀ ਰਿਪੇਅਰ ਜਾ ਰਹੀ ਹੈ। ਔਰ ਅਸੀਂ ਵੋਟ ਇੱਕ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਅਸੈਂਬਲੀ 'ਚ ਡਿਸਕਸ਼ਨਸ ਹੋਈ ਹੈ, ਅਕਾਲੀ ਔਰ ਭਾਜਪਾ ਵਾਲੇ ਉਸ ਤੋਂ ਭੱਜੇ ਨੇ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਦੋਸ਼ੀ ਹੋ, ਤੁਸੀਂ ਦੋਸ਼ੀ ਸਾਬਤ ਹੋਏ ਹੋ। SIT ਬਣ ਗਈ ਹੈ, ਸਪੈਸ਼ਲ ਟੀਮ, ਉਹ ਜਿਹੜੇ ਦੋਸ਼ੀ ਉਹਨਾਂ ਨੂੰ ਕਰਕੇ ਪੁਲਿਸ ਆਫੀਸਰਸ ਵੀ ਹੈਗੇ ਨੇ ਜਿਹਨਾਂ ਗੋਲੀ ਚਲਾਈ ਹੈ, ਉਹਦੇ ਵਿੱਚ ਪੋਲੀਟੀਸ਼ੀਅਨਸ ਵੀ ਹੈਗੇ ਨੇ। ਉਹਨਾਂ ਸਾਰਿਆਂ ਨੂੰ ਉਹਨਾਂ ਦਾ ਜੋ ਕਿਰਦਾਰ ਹੈ ਉਸ ਨੂੰ ਨੰਗਾ ਕਰਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਏਗਾ। ਅੱਜ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੱਖ ਵੱਖ ਪਿੰਡਾਂ ਦੇ ਵਿੱਚ ਗਏ, ਜਿਹਦੇ ਤਹਿਤ ਉੱਚਾ ਪਿੰਡ ਆਪਣੇ ਮੌਲੀ ਖੇੜਾ ਨੰਗਲ, ਉਸ ਤੋਂ ਬਾਅਦ ਹੁਣ ਮੀਟਿੰਗਾਂ ਅਠੌਲੀ ਦੇ ਵਿੱਚ, ਜਿਹਦੇ ਵਿੱਚ ਬਹੁਤ ਹੀ ਭਰਮਾ ਹੁੰਗਾਰਾ ਮਿਲਦਾ। ਜਿਹੜੇ ਸਾਡੇ ਉੱਚਾ ਜੋਨ ਤੋਂ ਉਮੀਦਵਾਰ ਆ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਸ਼ੌਂਕੀ ਰਾਮ ਜੀ, ਦਰਵਿਸ਼ ਪਿੰਡ, ਨਾਲ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਨਿਸ਼ਾ ਰਾਣੀ ਖੇੜਾ ਜੀ, ਉਸ ਤੋਂ ਬਾਅਦ ਜਿਹੜੇ ਸਾਡੇ ਮੌਲੀ ਜੋਨ ਦੇ ਆ ਉਮੀਦਵਾਰ ਬਲਾਕ ਸੰਮਤੀ ਦੇ, ਉਹ ਸੁੱਚਾ ਰਾਮ ਮੌਲੀ ਲੰਬੜਦਾਰ ਜੀ ਆ, ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਸਾਡੇ ਉਹੀ ਆ। ਉਸ ਤੋਂ ਬਾਅਦ ਜਿਹੜਾ ਨੰਗਲ ਖੇੜਾ ਜੋਨ ਦੇ ਆ ਉਹ ਆ ਹਰਕਮਲ ਕੌਰ, ਜੋ ਕਿ ਅਮਰਜੀਤ ਸਿੰਘ ਸਰਪੰਚ ਦੀ ਨੌਂ ਆ, ਅਤੇ ਉਸ ਤੋਂ ਬਾਅਦ ਸਾਡੀ ਨਵੀਂ ਆਬਾਦੀ ਤੋਂ ਜਿਹੜੇ ਠੌਲੀ ਜੋਨ ਤੋਂ ਆ, ਨਵੀਂ ਆਬਾਦੀ ਤੋਂ ਉਮੀਦਵਾਰ ਆ ਸਾਡੇ ਭੈਣ ਰੇਸ਼ਮ ਕੌਰ ਜੀ। ਮੈਂ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਸੀਟਾਂ ਜਿਤਾਓ, ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰੀਏ। ਫਗਵਾੜਾ ਤੋਂ MS ਰਾਜਾ ਦੀ ਰਿਪੋਰਟ।